ਯਾਰ ਹਾਲੇ ਫਿਲਹਾਲ ਨਾ ਸਿੱਜ ਦਾ ਨਜ਼ਰ ਵੀ ਨਹੀਂ ਆਉਂਦਾ ਪਿਆ ਹਾਲੇ ਸਿੱਜ ਕੋ ਕਾਫੀ 10 ਤੋਂ 15 ਮਿੰਟ ਦੇਰੇ ਵਾਲਾ ਸਿੱਜ ਰਿਹਾ ਨਜ਼ਰ ਆਵੇ ਸੀ ਤੋ ਵੀਵਰ ਅੱਜ ਕਰੇ ਨਾ ਕਾਫੀ ਹੀ ਮਜ਼ੇਦਾਰ ਵਲੌਗ ਵਲੌਗ ਸਾਡਾ ਵੀਵਰ ਇਹੋ ਜਿਹੀ ਹੈ ਅੱਜ ਅਸਾਂ ਨਾ ਥੋੜ੍ਹਾ ਜਿਹਾ ਸੁਬਾਹ ਸੁਬਾਹ ਨਮਾਜ਼ ਵਜ਼ੂ ਸ਼ੁਰੂ ਕੀਤਾ ਉਹ ਨਮਾਜ਼ ਪੜ੍ਹ ਕੇ ਅਸਾਂ ਕਿ ਥੋੜ੍ਹਾ ਰਨਿੰਗ ਕਰ ਗਏ ਨੂੰ ਜਿਹੜਾ ਜਿਸਮ ਦੀ ਸਿਹਤ ਨਾ ਉਹ ਫਿੱਟ ਰਹਿ ਵੀ ਤੋ ਵੀਵਰ ਅੱਜ ਦਾ ਵਲੌਗ ਸਾਰਾ ਕੁਝ ਮਜ਼ੇਦਾਰ ਹੀ ਥੀ ਵਾਲਾ ਕਿਉਂਕਿ ਸਵਾਗੂ ਅੱਜ ਥੋੜ੍ਹਾ ਜਿਹਾ ਆਪਣੇ ਇਲਾਕੇ ਦੀ ਬਾਹਰ ਦੀ ਵੀਡੀਓ ਦੇਖੇ ਨੇ ਤੋ ਮੇਰੇ ਪਿਛਲੇ ਦੇ ਪਾਸ ਜੀ ਦੇਖੋ ਕਿ ਸੜਕੀ ਨਜ਼ਰ ਆਉਂਦੀ ਪਈ ਹੈ ਇਹ ਸਾਡੀ ਆਰਥੋਂ ਬਾ ਗੁਲਾਬ ਤੋਂ ਆਉਂਦੀ ਪਈ ਹੈ ਅਤੇ ਇਹਦੇ ਮਤਲਬ ਇਲਾਕਿਆਂ ਬੱਸਿਆਂ ਬੱਸੇ ਬੈਂਕ ਵੀ ਨਹੀਂ ਪਈ ਹੈ ਅਤੇ ਫਿਰ ਇਸ ਮਤਲਬ ਇਹ ਸਾਰੇ ਗਾਉਂ ਦੇ ਵਿੱਚ ਕਾਫੀ ਖੂਬਸੂਰਤੀ ਹੈ ਅਗਰ ਤੁਹਾਨੂੰ ਮੈਂ ਸਿੱਧਾ ਕੈਮਰਾ ਕਰਕੇ ਦਿਖਾਵਾਂ ਤਾਂ ਤੁਸੀਂ ਕਾਫੀ ਹੈਰਾਨ ਥੀ ਕਿਵੇਂ ਪਿਆਰਾ ਪਿਆਰਾ ਮੌਸਮ ਕਿਵੇਂ ਪਿਆਰੀ ਪਿਆਰੀ ਖੂਬਸੂਰਤੀ ਆਰ ਪਾਸੋਂ ਆ ਰਹੀ ਹੈ ਕਿਵੇਂ ਲੱਗੇ ਮੈਂ ਕੁੜਤ ਨਹੀਂ ਮਰਦਾ ਅਤੇ ਫਿਰ ਅੱਜ ਦਾ ਜਿਹੜਾ ਵਲੌਗ ਹੈ ਉਹ ਕਾਫੀ ਮਜ਼ੇਦਾਰ ਥੀਣ ਲਾਏ ਮਜ਼ੇਦਾਰ ਹੀ ਥੀਣ ਲਾਏ ਅਤੇ ਮੈਂ ਸਗੋਂ ਅੱਜ ਥੋੜ੍ਹਾ ਜਿਹਾ ਮੈਂ ਸੇਲ ਵੀ ਕਰਵਾਉਣਾ ਅਤੇ ਨਾਲ ਖੁਦ ਵੀ ਸੇਲ ਕਰਨਾ ਤੂੰ ਦਿਖਾਇਆ ਮੈਂ ਕਿਉਂਕਿ ਸਾਰਾ ਇੱਕ ਦਹਿਰਾ ਬਣਿਆ ਜਿੱਥਾਂ ਮਤਲਬ ਛੱਤ ਜੀ ਬਣਾਇਆ ਅੱਜ ਵਲਾ ਤਾਂ ਉੱਥੇ ਪਹੁੰਚ ਗਏ ਹਾਂ ਵਲਾ ਸਗੋਂ ਥੋੜ੍ਹਾ ਜਿਹਾ ਮੈਂ ਵਿਜ਼ਿਟ ਕਰਾਵਾਂ ਔਰ ਥੋੜ੍ਹਾ ਜਿਹਾ ਵਲਾ ਸਗੋਂ ਦਿਖਾਵਾਂ ਇਹ ਦੇਖੋ ਚਾਚੂ ਜੀ ਨੇ ਬਣਾਇਆ ਨੇ ਤੁਹਾਨੂੰ ਪਿਛਲੀ ਵੀਡੀਓ ਦਿਖਾ ਗਿਆ ਮਿਠਾਈ ਅਤੇ ਇੱਕ ਕੋਠਾ ਹੈ ਲੋਕਾਂ ਦਾ ਇੱਕ ਚੂਨਾ ਮਿਲਿਆ ਖੜਿਆ ਹੁਣ ਪਹਿਲੇ ਤਾਂ ਪਹਿਲੇ ਵੀਡੀਓ 'ਚ ਕਿਸੇ ਕਰਨਾ ਹੈ ਜਿਵੇਂ ਤਾਲਾ ਲਗਾ ਖੜੇ ਕੋ ਬੰਦ ਹੋ ਗਏ ਇਹ ਡਜਾਲੀ ਹਨ ਇਹ ਵੀ ਜਾਲੀ ਹੈ ਦੇਖੋ ਇਹ ਇੱਥਾਂ ਬੂਹੇ ਪੈ ਇੱਥੇ ਅਸੀਂ ਬਸ ਦੀਵਾਰ ਹੈ ਉੱਥੇ ਛੁਆਨਾ ਹੈ ਜੇ ਕੋਈ ਤੁਸੀਂ ਛੱਪਰ ਵੀ ਆ ਦਿਆ ਅਸਾਂ ਕੋਈ ਛੁਆਨਾ ਵੀ ਆ ਦੇਣਾ ਛੱਪਰ ਹੀ ਆ ਦਿਆ ਸਰੇਕੀ ਦਾ ਲਾਭ ਹੈ ਛੱਪਰ ਅਤੇ ਪੰਜਾਬੀ ਮਿਕਸ ਕਰਕੇ ਸਰੇਕੀ ਦੇ ਵਿੱਚ ਗੋਲਡ ਕਰਕੇ ਬਣਾਏ ਕੋਈ ਛੁਆਨਾ ਬਣਾ ਸਕਦਾ ਹੈ ਪੰਜਾਬੀ ਅਤੇ ਸਰੇਕੀ ਵਿੱਚ ਮਿਕਸ ਕਰੋ ਨਾ ਬਲਾਏ ਕੋ ਆਦੇ ਛੁਆਨਾ ਅਗਰ ਅਸਾਂ ਆਪਣੀ ਜਿਹੜੀ ਨਾ ਜ਼ਬਾਨ ਸਰੇਕੇ ਜਾਖੂ ਤਾਂ ਇਹ ਛੱਪਰ ਹੈ ਅਤੇ ਇਹ ਇੱਕ ਤਾਂ ਛੱਪਰ ਵੀ ਹੈ ਕਮਰਾ ਵੀ ਹੈ ਦੋ ਵਾਸ਼ਰੂਮ ਤੋਂ ਨਜ਼ਰ ਆਉਣਾ ਪਿਆ ਸੀ ਬਸ ਮਲਕਾ ਹੈ ਉਹ ਐਂਡ ਤੇ ਵਾਸ਼ਰੂਮ ਹੀ ਹੈ ਮਾਸ਼ਾਅੱਲਾ ਸਿਸਟਮ ਪੂਰਾ ਦਿੱਤਾ ਹੈ ਕੋਈ ਵੀ ਕਿੱਥੋਂ ਦਾ ਦੂਰ ਦਾ ਮਹਿਮਾਨ ਆ ਵਜੇ ਸਭ ਕੋਈ ਮਸਲਾ ਨਹੀਂ ਬਣਦਾ ਕਿਉਂਕਿ ਇਹ ਹੋਣਾ ਚਾਹੀਦਾ ਹੈ ਮਤਲਬ ਸਾਰੇ ਗਾਉਂ ਘੁੰਮਾਉਣ ਜਿਹੜਾ ਇਹ ਦੇਖੋ ਸਾਡਾ ਜਿਹੜਾ ਗਾਉਂ ਹੈ ਨਾ ਉਹ ਉੱਥਾਂ ਖੜ੍ਹਾ ਹੈ ਉਹ ਸਾਹਮਣੇ ਸਭ ਨਜ਼ਰ ਆਉਣਾ ਪਿਆ ਸੀ ਲੇਕਿਨ ਕਾਫੀ ਊਂਕ ਨੂੰ ਵੀ ਕਾਫੀ ਦੂਰ ਹੈ ਕਿਉਂਕਿ ਕੋਈ ਮਹਿਮਾਨ ਦੂਰ ਦਾ ਜਾਂ ਖਾਸ ਕੀ ਹੋ ਜਾਏ ਆ ਵਜੇ ਜਾਂ ਛੂਅਰ ਆਪਾਂ ਤਾਂ ਬੱਟਾ ਛੱਟਾ ਲੈਣਾ ਅਤੇ ਉਹਨਾਂ ਵਿੱਚ ਮਤਲਬ ਘਰ ਨੇ ਡਿਸਟਰਬ ਨਾ ਕਰਨ ਸ਼ੋਰ ਨਾ ਪਾਵਣ ਅਤੇ ਘਰ ਬਹੁਤ ਦੂਰ ਹੈ ਅਤੇ ਇਹਦੇ ਨਾਲ ਮੇਨ ਸੜਕੀ ਹੈ ਸੜਕੀ ਦੇ ਨਾਲ ਇੱਥਾਂ ਮਤਲਬ ਬਸ ਆਉਣ ਵਾਲੇ ਲੋਕਾਂ ਨਾਲ ਮੁਹੱਬਤਾਂ ਪਿਆਰ ਇਹ ਜ਼ਿਆਦਾ ਵੱਧਾ ਰਹੇ ਅਤੇ ਇਹਦੇ ਨਾਲ ਭਿੰਡੀ ਰਾਤੀ ਪਈ ਹੋਏ ਇਹ ਜਿਹੜਾ ਨਾ ਬੀਜ ਭਿੰਡੀ ਦਾ ਵੀ ਔਰ ਮਾਸ਼ਾਅੱਲਾ ਭਿੰਡੀ ਲੱਗੀ ਵੀ ਪਈ ਹੈ ਕਾਫੀ ਤੁਹਾਨੂੰ ਭਿੰਡੀ ਦਾ ਦਾਣਾ ਲੱਗਿਆ ਦਿਖਾ ਦਿੰਦਾ ਅਤੇ ਹੁਣ ਸਭ ਦਿਖਾ ਨਾ ਪਿਆ ਭਿੰਡੀ ਦੇ ਲੱਗੀ ਹੋਈ ਪਹਿਲਾ ਦਾਣਾ ਤੁਸੀਂ ਇਹ ਦੇਖੋ ਇੱਧਰ ਕੈਮਰਾ ਮੇਰਾ ਸਭ ਦਿਖਾ ਨਾ ਤੁਸੀਂ ਇਹ ਪਹਿਲਾ ਦਾਣਾ ਖੜੇ ਹੋਏ ਇਹਦੇ ਨਾਲ ਵੀ ਇਹ ਛੋਟਾ ਜਿਹਾ ਖੜੇ ਮਲਾਈ ਵਿੱਚ ਵਿੱਚ ਕਾਫੀ ਲੱਗੀ ਪਈ ਹੈ ਇਹ ਦੇਖੋ ਇਹ ਲੱਗੀ ਖੜੀ ਹੈ ਇਵੇਂ ਕਾਫੀ ਸਾਰੀ ਰੁੱਥਾਂ 'ਚ ਦਾਣਾ ਲੱਗਾ ਖੜੇ ਇਵੇਂ ਉਹਦੇ ਲੱਗਾ ਖੜੇ ਸਾਰੀ ਇਹ ਭਿੰਡੀ ਵੇ ਸਾਰੀ ਮਾਸ਼ਾਅੱਲਾ ਇਹ ਘਰ ਦੀ ਭਿੰਡੀ ਜਿਹੜੀ ਨਾ ਜਿਹੜੀ ਘਰ ਦੀ ਭਿੰਡੀ ਹੈ ਨਾ ਉਹ ਹੁਣ ਮਾਸ਼ਾਅੱਲਾ ਮਤਲਬ ਮੁੱਲ ਨਹੀਂ ਗਿਣਨੀ ਪੈਂਦੀ ਸਬਜ਼ੀ ਜਿਹੜੀ ਭਿੰਡੀ ਲੱਗ ਪੈਂਦੀ ਹੈ ਚਾਕੂ ਨੂੰ ਘਰ ਵੀ ਕੁਝ ਮੁੱਲਾਈ ਪੈਣ ਕੱਦੂ ਤੁਰਿਆ ਅਤੇ ਉੱਥੇ ਵੀ ਇੱਥੇ ਨਹੀਂ ਆਉਂਦੀ ਹੈ ਅਤੇ ਫਿਰ ਕਹਿੰਦੀ ਸਾਰੇ ਕਿ ਹੁਣ ਸੂਰਜ ਜਿਹੜਾ ਨਾ ਉਹ ਨਿਕਲਦਾ ਪਿਆ ਸਾਗੂ ਥੋੜ੍ਹਾ ਜਿਹਾ ਸੂਰਜ ਦਾ ਰਿਓ ਦਿਖਾਵਾਂ ਸੂਰਜ ਕਿਸ ਹਾਲਾਤ ਨੂੰ ਨਿਕਲਦਾ ਪਿਆ ਹਾਲੇ ਇਤਨਾ ਖਾਸ ਹਾਲੇ ਤਾਂ ਇਤਨਾ ਖਾਸ ਸੂਰਜ ਕਹਿ ਨਿਕਲਿਆ ਹਾਲੇ ਹਲਕਾ ਹਲਕਾ ਨਿਕਲਦਾ ਪਿਆ ਅਤੇ ਪੁੱਛੋ ਵੀ ਫਰਕ ਇਹ ਪੁੱਛਣਾ ਹੈ ਇੱਕ ਮਿੰਟ ਮਤਲਬ ਸਾਏ ਲਾਜ਼ਮੀ ਅਤੇ ਪੁੱਛਣਾ ਫਰਕ ਨਹੀਂ ਕਿਉਂਕਿ ਕੱਲ੍ਹ ਅੰਧਾਰ ਆਈ ਆਈ ਬਹੁਤ ਜ਼ਿਆਦਾ ਅੰਧਾਰ ਆਈ ਉਹਦੇ ਵਿੱਚ ਕਿੰਨਾ ਕਿੰਨਾ ਨੁਕਸਾਨ ਥਾ ਕਿੱਥਾ ਕਿੱਥਾ ਨੁਕਸਾਨ ਥਾ ਸਾਡਾ ਤਾਂ ਇੱਕ ਨੁਕਸਾਨ ਇਹ ਠੀਕ ਹੈ ਸਾਰੀ ਜਿਹੜੀ ਨਾ ਹਵੇਲੀ ਉੱਡ ਹੈਗੀ ਹੈ
ਤੁਹਾਡੇ ਦੇ ਪਾਸ ਸਕਰੀਨ ਵੀ ਪਾਇਆ ਖੜਾ ਸੀ, ਇਹ ਸਾਡੀ ਹਵੇਲੀ ਆਈ ਅਤੇ ਇੱਥੇ ਅੰਧਾਰ ਦੀ ਵਜ੍ਹਾ ਤੋਂ ਨਾ ਸਿਰਫ ਇਹ ਸਾਰਾ ਨੁਕਸਾਨ ਥਾ, ਇਹ ਡੱਟੀਆ ਪਕਾਇਆ ਖੜਾ, ਸ਼ੁਕਰ ਸੇਫ ਔਰ ਬਚਤ ਥੀ ਗਈ ਹੈ। ਅਤੇ ਅੰਤ ਮਾਸ਼ਾਅੱਲਾ ਬਹੁਤ ਸਖਤ ਉਹ ਕੁਰਾਇਆ ਹੈ, ਅੱਲਾਹ ਨੂੰ ਪਨਾਹ ਮੰਗਦੇ ਹਾਂ ਕਿਉਂਕਿ ਅਸਾਂ ਇਹੋ ਜਹਾਨ ਮਤਲਬ ਇੱਕ ਦਫ਼ਾ ਪਹਿਲੇ ਵੀ ਡਿੱਠਾ ਹੈ ਅਤੇ ਵਲਾ ਹੁਣ ਆਏ ਦੇ ਹੁਣ ਡਿੱਠਾ ਹੈ ਕਿਉਂਕਿ ਪਹਿਲੇ ਦਫ਼ਾ ਸਾਡੇ ਕੋਲ ਆ ਗਿਆ ਹੈ ਅਤੇ ਵਲਾ ਵੀ ਹੁਣ ਆਏ। ਅਤੇ ਇਹ ਸਭ ਕੁਝ ਦੱਸੇ ਤੁਸੀਂ ਵੀ ਦੱਸਿਓ ਸੋ ਕਮੈਂਟ ਕਰਕੇ, ਕਿਉਂਕਿ ਤੁਸਾਂ ਕਿੱਥੋਂ ਕਿੱਥੋਂ ਵੀਡੀਓ ਦੇਦੇ ਪੈ ਗਏ ਔਰ ਸਗੋਂ ਮਤਲਬ ਸਾਰੇ ਇਲਾਕੇ ਜਿੱਥੇ ਕਿਤੇ ਨੁਕਸਾਨ ਥਾ ਜਾਂ ਨਹੀਂ ਥਿਆ, ਸਾਰੇ ਕਿਨੂੰ ਤਾਂ ਨੁਕਸਾਨ ਥੀ ਗਿਆ, ਇਹੋ ਸਾਰੀ ਜਿਹੜੀ ਨਾ ਮਿਹਨਤ ਕਰਦੇ ਉਹ ਉਠਾਇਆ ਗਈ ਹੈ। ਅਤੇ ਅੱਲਾ ਸ਼ੁਕਰ ਕਰਾਂ ਮੈਂ ਕੋਈ ਮੇਨ ਨੁਕਸਾਨ ਨਹੀਂ ਥਿਆ, ਮਤਲਬ ਕੋਈ ਬਾਲ ਜਾਂ ਇਹੋ ਜਿਹਾ ਕੋਈ ਬੰਦਾ ਥੱਲੇ ਨਹੀਂ ਆਇਆ, ਅਤੇ ਇਹਦੇ ਵਿੱਚ ਕਾਫੀ ਮਤਲਬ ਬਚਤ ਸੀ, ਅੱਲਾ ਦਾ ਸ਼ੁਕਰ ਹੈ। ਅਤੇ ਫਿਰ ਵੀ ਨੁਕਸਾਨ ਥੀ ਵੀ ਰਹਿਣ ਵੀ ਵੱਤ ਬਣ ਗਏ ਸੀ, ਉਠਾ ਕੇ ਬਲਾ ਬੰਦਾ ਬਣਾ ਸਕਦੇ, ਲੇਕਿਨ ਜਿਹੜਾ ਬੰਦਾ ਥੱਲੇ ਇਨਸਾਨ ਬਾਅਦ 'ਚ ਆਵਦੇ ਨਾ। ਅਤੇ ਅੱਲਾ ਦੇ ਕਰਮ ਔਰ ਫਜ਼ਲ ਨਾਲ ਸੂਰਜ ਨਿਕਲਿਆ ਸਾਰੇ ਕੋਲੋਂ, ਸੂਰਜ ਦਾ ਥੋੜ੍ਹਾ ਸ਼ੁਕਰ ਯੂ ਕਰਾਵਾਂ। ਇਹਦੇ ਇਨਸ਼ਾਅੱਲਾ ਬਹੁਤ ਹੀ ਪਿਆਰਾ ਬੈਕਗਰਾਊਂਡ ਹੈ, ਬਹੁਤ ਖੂਬਸੂਰਤ ਬੈਕਗਰਾਊਂਡ ਹੈ ਸਾਡੇ ਦੇ ਪਿਆਰ ਸੋ, ਇਹ ਸਾਡੇ ਵਸਤੀ ਦਾ ਬਹੁਤ ਪਿਆਰਾ ਇੱਥੋਂ ਬੈਕਗਰਾਊਂਡ ਆਉਂਦਾ ਪਿਆ। ਅਤੇ ਖਾਲਾ ਹੀ ਵੇ ਇਹ ਵੀ ਲੋਹ ਆਉਂਦਾ ਪਿਆ, ਅਤੇ ਇਹ ਦੇਖ ਸੋ ਇਹ ਵੇਂਦਾ ਵੇਂਦਾ ਪਿਆ, ਹਾਲੇ ਇੱਥੋਂ ਪੱਕਾ ਹੈ ਵਾਲਾ ਕਿਤੋਂ ਕੱਚਾ ਥੀ ਜਾਂਦਾ ਹੈ, ਇਹਨੂੰ ਦਰਖਤ ਦੇ ਟਾਇਲ ਲੱਗੇ ਖੜਨਾ, ਇਹ ਕਾਫੀ ਇੰਨੀ ਖੂਬਸੂਰਤੀ ਹਨ ਖੱਲਾ ਮੀਆਂ ਜੁਲਦੇ ਹਾਂ, ਇਹ ਇੱਕ ਸੌ ਇੱਥੇ ਕਿੱਲੀ ਰਾਧੀ ਪਈ ਹੈ। ਅਤੇ ਮਾਸ਼ਾਅੱਲਾ ਰਕਬੇ ਦਾ ਬੈਕਗਰਾਊਂਡ ਹੈ, ਸੁਬਹ ਸੁਬਹ ਨਾਲ ਕਾਫੀ ਮਜ਼ਾ ਆਉਂਦਾ ਪਿਆ ਵੀਡੀਓ ਬਣਾਉਣ ਦਾ ਵੀ। ਅੱਛਾ ਵੀਰ, ਅੱਜ ਦਾ ਵਲੌਗ ਸਾਡਾ ਇਤਨਾ ਇੱਕ ਆਈ, ਕਿਉਂਕਿ ਇਸ ਵਕੂ ਅਸਾਂ ਅੱਜ ਮਤਲਬ ਆਪਣਾ ਥੋੜ੍ਹਾ ਜਿਹਾ ਬਾਹਰ ਦਾ ਇਲਾਕਾ ਦਿਖਾਇਆ ਸੀ ਜਿੱਥੋਂ ਮਤਲਬ, ਅਗਰ ਸਕੂ ਇਹ ਸਾਡੀ ਵੀਡੀਓ ਪਸੰਦ ਆਉਂਦੀ ਹੋਵੇ ਤਾਂ ਕਮੈਂਟ ਵੀ ਕੀਤਾ ਕਰੋ, ਲਾਈਕ ਅਤੇ ਸ਼ੇਅਰ ਲਾਜ਼ਮੀ ਕੀਤਾ ਕਰੋ, ਇਸ ਵਾਰ ਸਾਡੇ ਚੈਨਲ ਨਾਲ ਸਪੋਰਟ ਕਰੋ। ਮਾਸ਼ਾਅੱਲਾ ਤੁਸੀਂ ਬਹੁਤ ਸਪੋਰਟ ਕੀਤੀ, ਸਾਡੇ ਵਿਆਹ ਦਾ ਚੈਨਲ ਅੱਛਾ ਮਿਲਦਾ ਪਿਆ, ਹੋਰ ਦੁਆਗਾਰਾਂ ਤੁਸੀਂ ਇਹਨੂੰ ਸਪੋਰਟ ਕਰਦੇ ਰਹੋ, ਬਹੁਤ ਚੈਨਲ ਅੱਛਾ ਮਿਲਦਾ ਰਹੇ। ਤੋ ਅੱਜ ਦੀ ਇਜਾਜ਼ਤ, ਇਨਸ਼ਾਅੱਲਾ ਨਵੇਂ ਵਲੌਗ ਕੇ ਸਾਥ ਮਿਲੇਂਗੇ, ਅੱਲਾ ਹਾਫਿਜ਼।